अवतार सिंह जी। ਕਿਹੜਾ ਪਿੰਡ? ਪਿੰਡ ਕੌੜੀ ਜੀ। ਕੀ ਹੋਇਆ ਤੁਸੀਂ ਐਂਬੂਲੈਂਸ ਦੇ ਜਿਹੜੇ ਡਰਾਈਵਰ ਹੋ, ਕੀ ਘਟਨਾ ਵਾਪਰੀ ਉਸ ਦੇ ਵਿੱਚ? ਦੇਖੋ ਜੀ, ਮੈਨੂੰ ਇੱਕ ਫੋਨ ਆਇਆ, ਫੋਨ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਸਮਰਾਲਾ ਚੌਂਕ ਦੇ ਵਿੱਚ ਇੱਕ ਬੱਚਾ ਵਾ ਬਿਮਾਰ ਆ, ਵੀ ਉਹਨੂੰ ਕਿਸੇ ਡਾਕਟਰ ਤੇ ਲੈ ਕੇ ਜਾਣਾ। ਕਿਸੇ ਹੋਰ ਡਾਕਟਰ ਦੇ ਪਹਿਲਾਂ ਗਏ ਸੀਗੇ ਉਹ, ਵੀ ਉਹਨਾਂ ਨੇ ਕਿਸੇ ਹੋਰ ਡਾਕਟਰ ਤੇ ਜਾਣ ਦੀ ਸਲਾਹ ਦਿੱਤੀ ਮੈਨੂੰ। ਮੈਂ ਗਿਆ ਸਮਰਾਲਾ ਚੌਂਕ ਦੇ ਵਿੱਚ, ਬੱਚਾ ਮੈਂ ਦੇਖਿਆ, ਜਾ ਕੇ ਮਿਲਿਆ ਤੇ ਗੱਡੀ ਦੇ ਵਿੱਚ ਪਾਇਆ। ਜਦੋਂ ਬੱਚਾ ਗੱਡੀ ਦੇ ਵਿੱਚ ਪਾਇਆ, ਮੈਂ ਇੱਥੋਂ ਇੱਧਰੋਂ ਗਿਆ, ਜਦੋਂ ਰਾਈਟ ਸਾਈਡ ਮੈਂ ਪੁਲ ਦੇ ਥੱਲੇ ਵਾਪਸ ਮੁੜਿਆ, ਉੱਥੋਂ ਜਾਣਾ ਸੀ ਡਾਕਟਰ ਅਸੀਂ ਕ੍ਰਿਸ਼ਨਾ ਦੇ ਮਲੇਗੂੜਾ ਰੋਡ 'ਤੇ। ਮੂਹਰੇ ਟਰੱਕ ਗੱਡੀਆਂ ਖੜ੍ਹੀਆਂ ਸੀਗੀਆਂ, ਜਾਮ ਕਾਫੀ ਸੀਗਾ। ਹੂਟਰ ਹਾਟਰ ਮਾਰਿਆ, ਤਾਂ ਹੂਟਰ ਵੀ ਮਾਰ ਕੇ ਕੀ ਕਰਦੇ, ਜੇ ਜਗ੍ਹਾ ਹੁੰਦੀ ਤਾਂ ਡਰਾਈਵਰ ਭਾਈ ਵੀ ਤਾਂ ਵਿਚਾਰੇ ਰਸਤਾ ਦਿੰਦੇ। ਠੀਕ ਹੈ ਜੀ। ਉਦੋਂ ਮੈਂ ਫਿਰ ਆਪਣਾ ਮਤਲਬ ਰੌਂਗ ਸਾਈਡ ਵਾਪਸ ਆ ਗਿਆ। ਵਾਪਸ ਆਇਆ ਤਾਂ ਉਹਦੇ ਬਾਅਦ ਜਰਗ ਚੌਂਕ ਆ ਗਿਆ, ਉੱਥੇ ਵੀ ਉਹੀ ਜਾਮ ਸੀਗਾ। ਉੱਥੋਂ ਫਿਰ ਵੀ ਪੁਲਿਸ ਵਾਲਿਆਂ ਨੇ ਮੇਰੀ ਗੱਡੀ ਕਢਾਈ, ਗੱਡੀ ਕਢਾ ਕੇ ਮੈਂ ਉੱਥੋਂ ਸਿੱਧਾ ਲੈ ਕੇ ਗਿਆ ਰਣਜੀਤ ਖੰਨਾ ਹਸਪੀਟਲ 'ਤੇ, ਖੰਨਾ ਨਰਸਿੰਗ ਹੋਮ ਦੇ ਵਿੱਚ। ਉੱਥੇ ਬੱਚਾ ਅੰਦਰ ਲੈ ਕੇ ਗਏ ਤਾਂ ਕਹਿੰਦੇ ਵੀ ਇੱਥੇ ਡਾਕਟਰ ਨਹੀਂ ਹੈਗਾ। ਠੀਕ ਹੈ। ਉੱਥੋਂ ਮੈਂ ਫਿਰ ਘੁੰਮਦਾ ਗਲੀਆਂ ਦੇ ਵਿੱਚ ਹੀ ਜਾਮ ਦਾ ਪਰੇਸ਼ਾਨ ਹੁੰਦਾ ਹੋਇਆ ਮੈਂ ਕ੍ਰਿਸ਼ਨਾ ਹਸਪਤਾਲ ਪਹੁੰਚਿਆ ਮਲੇਗੂੜਾ ਰੋਡ 'ਤੇ। ਜਦੋਂ ਉੱਥੇ ਪਹੁੰਚਿਆ, ਉੱਥੇ ਵੀ ਅੰਦਰ ਜਾ ਕੇ ਸਾਨੂੰ ਇਹੀ ਜਵਾਬ ਮਿਲਿਆ ਵੀ ਜਿੱਥੇ ਸੰਡੇ ਕਰਕੇ ਡਾਕਟਰ ਨਹੀਂ ਹੈਗਾ। ਉਸ ਤੋਂ ਬਾਅਦ ਮੈਂ ਫਿਰ ਘੁੰਮਦਾ ਜਾਮ ਦੇ ਵਿੱਚ ਹੀ ਕੱਢਦਾ ਘੜਾਉਂਦਾ ਮੈਂ ਪੱਟੀਆਂ ਪੁਲੀ ਦੇ ਥੱਲੇ ਜੀ ਆਪਣੀ ਗੱਡੀ ਕੱਢ ਕੇ ਗਿੱਲ ਪੰਪ ਦੇ ਸਾਹਮਣੇ ਹਾਈਵੇ ਦੇ ਉੱਪਰ ਚਾੜ ਕੇ ਉੱਥੋਂ ਸਿੱਧਾ ਮੈਂ ਗਿਆ IVY ਹਸਪੀਟਲ ਜੀ। ਉੱਥੇ ਜਦੋਂ ਐਂਟਰ ਹੋਏ, ਐਮਰਜੈਂਸੀ ਦੇ ਵਿੱਚ ਗਏ, ਉੱਥੋਂ ਡਾਕਟਰ ਸਾਹਿਬ ਨੇ ਬੱਚੇ ਨੂੰ ਡੈੱਡ ਕਰਾ ਦਿੱਤਾ ਵੀ ਇਹ ਬੱਚਾ ਡੈੱਡ ਹੋ ਗਿਆ, ਤੁਸੀਂ ਇਹਨੂੰ ਘਰ ਲੈ ਜਾਓ। ਲੇਕਿਨ ਜਿੰਨੇ ਵੀ ਪ੍ਰਾਈਵੇਟ ਹਸਪੀਟਲ ਨੇ ਇਹਦੇ ਹੁਣ 'ਚ ਵੀ ਅਣਗਹਿਲੀ ਕਿਹਦੀ ਮੰਨਦੇ ਤੁਸੀਂ ਇਹਦੇ ਵਿੱਚ? ਜਾਮ ਦੀ ਹੋਇਆ ਜੀ। ਮੈਂ ਲੇਕਿਨ ਬਥੇਰਾ ਟਾਈਮ ਵੇਸਟ ਹੋਇਆ ਤੁਹਾਡਾ ਜਾਮ ਦੇ ਵਿੱਚ? ਸਾਡਾ ਤਕਰੀਬਨ ਘੰਟਾ ਵੇਸਟ ਹੋ ਗਿਆ ਜੀ ਜਾਮ ਦੇ। ਸਿਰਫ ਨਹੀਂ, ਸਰਕਾਰੀ ਜੀ ਜਗ੍ਹਾ ਹੀ ਨਹੀਂ ਸੀਗੀ, ਸਾਰੇ ਚੌਂਕ ਤਾਂ ਬੰਦ ਸੀਗੇ ਜੀ। ਹੁਣ ਕੀ ਕਹਿਣਾ ਚਾਹੁੰਦੇ ਹੋ? ਬਸ ਇਹ ਗੱਲ ਵੀ ਜਾਮ ਕਰਕੇ ਇੱਕ ਬੱਚੇ ਦੀ ਜਾਨ ਚਲੀ ਗਈ। ਕਿੰਨੀ ਉਮਰ ਦਾ ਸੀਗਾ ਬੱਚਾ? ਬੱਚਾ ਮਹੀਨਾ ਡੇਢ ਮਹੀਨੇ ਦਾ ਸੀਗਾ ਜੀ। ਅੱਛਾ, ਹਾਂਜੀ। ਠੀਕ। ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਬੱਚਾ ਬਚ ਵੀ, ਚਲੋ ਆਪਣੇ ਵਰਗ ਬੱਚਿਆਂ ਵਰਗਾ ਬੱਚਾ ਹੁੰਦਾ ਹਰਕ ਦਾ, ਪਰ ਮੈਂ ਇਹਨੂੰ ਸੂਬਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ। ਇੱਕ ਸਵੇਰੇ ਐਂਬੂਲੈਂਸ ਆਈ ਸੀ ਜਿਹਦੇ ਕਾਰਨ ਕਹਿ ਰਹੇ ਸੀ ਅਣਗਹਿਲੀ ਕਾਰਨ, ਧਰਨੇ ਕਾਰਨ ਜਾਣੀ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਪਹਿਲਾਂ ਤਾਂ ਜੇਕਰ ਉਹ ਬੱਚੇ ਦੀ ਮੌਤ ਹੋਈ ਆ ਉਸ ਗੱਲ ਦੀ ਅਸੀਂ ਮਾਫੀ ਚਾਹੁੰਦੇ ਹਾਂ ਵੀ ਜਿਹੜੀ ਉਹ ਮੌਤ ਹੋਈ ਆ ਉਹ ਸਾਡੇ ਕਾਰਨ ਨਹੀਂ ਹੋਈ। ਜਿਹੜੀ ਮੌਤ ਹੋਈ ਸਰਕਾਰ ਹੈ ਉਹਦੀ ਬਦੌਲਤ ਉਹ ਬੱਚੇ ਦੀ ਮੌਤ ਹੋਈ ਹੈ। ਜਿਹੜੀ ਤੁਹਾਨੂੰ ਗੱਲ ਦੱਸੀ ਹੈ ਤੇ ਡਾਇਵਰਸ਼ਨ ਲਈ, ਜਿਵੇਂ ਵੀ ਭਾਵੇਂ ਕਿ ਐਂਬੂਲੈਂਸ ਹੈ, ਭਾਵੇਂ ਕਿ ਕੋਈ ਮਰੀਜ਼ ਹੈ ਜਾਂ ਕੋਈ ਵਿਆਹ ਵਾਲਾ ਜਾਂ ਕੋਈ ਫੌਰਨ ਜਾਣ ਵਾਲਾ, ਉਹਦੇ ਲਈ ਜਿਹੜੇ ਦੋਨੋਂ ਰੋਡ ਨੇ ਮੇਨ ਸੜਕਾਂ ਨੇ, ਉਹ ਦੋਨੋਂ ਰੋਡਾਂ ਸਾਡੇ ਵੱਲੋਂ ਧਰਨਾਕਾਰੀਆਂ ਵੱਲੋਂ ਖਾਲੀ ਕੀਤੀਆਂ ਗਈਆਂ ਨੇ। ਵੀ ਜਦੋਂ ਵੀ ਕੋਈ ਐਂਬੂਲੈਂਸ ਆਉਂਦੀ ਉਹਨੂੰ ਨਾਲ ਦੀ ਨਾਲ ਸਾਡੇ ਵੱਲੋਂ ਰਸਤਾ ਦਿੱਤਾ ਜਾਂਦਾ, ਇੱਥੋਂ ਤੱਕ ਕਿ ਵੀ ਅਸੀਂ ਉਹਨੂੰ 30 ਸੈਕਿੰਡ ਵੀ ਨਹੀਂ ਇੱਥੇ ਰੁਕਣ ਦਿੱਤਾ ਜਾਂਦਾ। ਨਾਲ ਦੀ ਨਾਲ ਜਿਹੜੇ ਸਾਡੇ ਵਲੰਟੀਅਰ ਨੇ ਉਹ ਨਾਕਿਆਂ 'ਤੇ ਲੱਗੇ ਹੋਏ ਨੇ, ਠੀਕ ਹੈ, ਉਹ ਨਾਲ ਦੀ ਨਾਲ ਉਹਨਾਂ ਨੂੰ ਖਾਲੀ ਕਰ ਦਿੱਤਾ ਜਾਂਦਾ। ਤਾਂ ਉਹ ਜਿਹੜੇ ਬੱਚੇ ਦੀ ਮੌਤ ਹੋਈ ਹੈ, ਹਾਲਾਂਕਿ ਉਹ ਇੱਥੇ ਨਹੀਂ ਹੋਈ, ਇਹਦੇ ਨਜ਼ਦੀਕ ਨਹੀਂ, ਉਹ ਜਿਹੜਾ ਜਾਮ ਸੀਗਾ ਪਿੱਛੇ ਲੱਗਿਆ ਹੋਇਆ ਸੀਗਾ। ਉਹ ਪ੍ਰਸ਼ਾਸਨ ਦਾ ਇੱਥੋਂ ਦਾ ਜ਼ਿੰਮੇਵਾਰ ਹੈ, ਇੱਥੋਂ ਦਾ DC ਜ਼ਿੰਮੇਵਾਰ ਹੈ, ਇੱਥੋਂ ਦੀ SDM ਜ਼ਿੰਮੇਵਾਰ ਨੇ, ਇੱਥੋਂ ਦੇ ਅਧਿਕਾਰੀ ਜ਼ਿੰਮੇਵਾਰ ਨੇ। ਵੀ ਜੇਕਰ ਉਹ ਬੱਚੇ ਦੀ ਮੌਤ ਹੋਈ ਹੈ ਤਾਂ ਬਹੁਤ ਹੀ ਦੁੱਖਦਾਈ ਗੱਲ ਹੈ। ਅਸੀਂ ਉਹ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਵੀ ਉਹਨਾਂ ਦੇ ਬੱਚੇ ਦੀ ਮੌਤ ਨਹੀਂ ਹੋਈ, ਸਾਡੇ ਬੱਚੇ ਦੀ ਮੌਤ ਹੋਈ ਹੈ। ਪਰ ਕੋਟਲੀ ਸਰ ਦੇ ਜਿਵੇਂ ਹੱਕ ਤੇ ਸੱਚ ਦੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦ ਫੈਕਟ ਨਿਊਜ਼।